ਅਸਲਾਮ ਵਾਲੇਕਮ ਜੀ ਵੈਲਕਮ ਕਰਨਾ ਹਾਂ ਤੁਹਾਨੂੰ ਅਸਾਂ ਦੇ ਫਰਸਟ ਟਿਕਟਾਕ ਮਿਨੀ ਵਲੌਗ ਵਿੱਚ بارش ਹੋਈ ਬਾਅਦ ਅਸਾਂ ਕੋਈ ਪਤਾ ਨਹੀਂ ਲਗਾ ਸੁੱਤੇ ਹੁਸੀਂ ਤਾਂ ਲੈ ਜਾ ਗਏ ਆਂ ਤਾਂ ਬਾਹਰ ਤੱਕ ਆ ਕੇ ਬਹਿਣਾ ਛੜਾ ਸਿੱਜਾ ਵਾ ਪਰ ਚਲੋ ਕੋਣੀ ਫਿਰ ਦਿਹਾੜੀ ਉਸੇ ਦਾ ਤੱਕੀ ਗਿੰਸਾ ਨਾਸ਼ਤਾ ਅਸਾਂ ਕੀਤਾ ਜੀ ਪਰਾਠਾ ਤੇ ਚਾ ਗਰਮਾ ਗਰਮ ਖਾਦੇ ਅਸਾਂ ਫਿਰ ਚਾਰਜਰ ਆਪਣੇ ਅਸਾਂ ਚੇ ਕਿ ਕਿ ਚਾਰਜਰ ਵੀ ਪਤਾ ਲਾਜ਼ਮੀ ਹੈ ਫੋਨ ਚਾਰਜ ਕਰਨਾ ਪੈਣਾ ਤਾਂ ਨਾਲ ਅਸਾਂ ਚਾਦਰ ਵੀ ਚਾਹੀ ਗੀਆਂ ਕਿ ਸਰਦੀ ਆ ਨਾ ਜੀ ਮੋਟਰਸਾਈਕਲਾਂ ਉੱਪਰ ਗਏ ਆ ਤਾਂ ਅਸੀਂ ਪਤਾ ਲਾ ਕੇ ਪੈਟਰੋਲ ਖਤਮ ਆ ਪੈਟਰੋਲ ਮੇ ਆਂਦਾ ਵਸਾ ਡੜਿਆਲ ਤੋਂ ਸਿਕਲੈਂਡ ਸਾਹਿਬ ਬੋਤਲ ਚਾਹੀ ਪੈਟਰੋਲ ਭਾ ਜੀ ਫਿਰ ਮੈਂ ਸਿਕਲੈਂਡ ਸਾਹਿਬ ਆਣੇ ਕਿ ਮੈਂ ਜਾਣਾ ਸਾ ਡੜਿਆਲ ਜਨਾਬ ਤੁਸੀਂ ਮੀ ਕੀ ਆਪਣੇ ਚੱਕਰੇ ਲੇਟ ਕਰੀ ਗਿਓ ਮੈਂ ਜਲਦੀ ਕਾਰ ਪਹਚਾਉ ਮੈਂ ਜਾਸਾਂ ਡੜਿਆਲ ਤਾਂ ਫਿਰ ਅਸਾਂ ਆਇਆ ਚਲੋ ਜੀ ਸੋ ਪਹਚਾਣਿਆ ਜਨਾਬ ਬੈਠੇ ਆ ਮੋਟਰਸਾਈਕਲ ਉੱਪਰ ਚਾਦਰ-ਚਾਦਰ ਪੁਲਾਈਟੇ ਸਰਦੀ ਆਣੀ ਸੀ ਈ ਐਵਾਰ ਤੇ ਈ ਐਵਾਰ ਫਿਰ ਸਗਲੈਂਡ ਸਾਹਿਬ ਵੀ ਘਾਰ ਬਚਾਇਆ ਉਹਨਾਂ ਆਤ ਖੱਲੇ ਕਰੀ ਤਾਂ ਮੇ ਕਿ ਆਇਆ ਸੋ ਜੋ ਜੀ ਮੀ ਕੀ ਮਾਫ ਕਰੋ ਤੇ ਮੈਂ ਨਿਕਲੀ ਆਂ ਜੀ ਫਿਰ ਜਨਾਬ ਨਿਕਲਿਆ ਸਰਦੀ ਫੇਰ ਆਣੀ ਸੀ ਕਿ ਇਹ ਹੈ ਵਾਰਾ ਬਹੁਤ ਜ਼ਿਆਦਾ ਸਰਦੀ ਸੀ ਜਨਾਬ ਬਾਜ਼ਾਰ ਕੋਲ ਪਹੁੰਚੇ ਆਂ ਤਾਂ ਰੋਡਾਂ ਨੇ ਹਾਲਾਤ ੱਕੇ ਤਾਂ ਮੀ ਕੀ ਪਤਾ ਲਾ ਜੇ ਮੈਂ ਕੋਈ ਜੰਗਲਾ ਹੀ ਚਾਈ ਗਿਆ ਜਾਂ ਕੁਥਾ ਆਈ ਗਿਆ ਇਤਨੇ ਮਾੜੇ ਹਾਲਾਤ ਹੋਏ ਉਸੇ ਸਾੜੀ ਪੱਕੀ ਰੋਡਾਂ ਨੇ ਜਨਾਬ ਇੱਕ ਥਾਂ ਬਾਈਕ ਚਲਾਣਾ ਸਾਂ ਇੱਕ ਥਾਂ ਵੀਡੀਓ ਬਣਾਉਣਾ ਤਾਂ ਫਿਰ ਮੈਂ ਇੱਕ ਵਾਰੀ ਡਰਿਆ ਮੈਂ ਆ ਕੇ ਥੋ ਸਲਿੱਪ ਹੋਈ ਗਿਆ ਤਾਂ ਮਾੜਾ ਰਹਿਣ ਕੱਖ ਨਹੀਂ ਲਗਾ ਤੱਕੀ ਸਕਣੇ ਹਾਲਾਤ ਕਿਵੇਂ ਜਨਾਬ ਦੁਕਾਨਾਂ ਪਹੁੰਚੇ ਆਂ ਦਰਵਾਜ਼ਾ ਖੋਲਿਆ ਤਾਂ ਕਿਹਾ ਲਾਈਟਾਂ ਨਾ ਬੰਸੀਆਂ ਨੇਰਾ ਗੁੱਪ ਪਿਆ ਸੋ ਜੀ ਫਿਰ ਜਨਾਬ ਜ਼ੈਰੀ ਕਰ ਲੈ ਸਭ ਤੋਂ ਪਹਿਲੇ ਤਾਂ ਲਾਈਟ ਐਸਾਨ ਕਰਨੀ ਸੀ ਅਸਾਂ ਲਾਈਟਾਂ ਦਾ ਬਟਨ ਕੀਤਾ ਆਨ ਲਾਈਟ ਹੀ ਆਨ ਬਾਕੀ ਸਣੀ ਦੁਕਾਨਾਂ ਜਨਾਬ ਫਸਟ ਵੀਊਰ ਹੋਸਣੇ ਤੇ ਮੋਬਾਈਲ ਨਹੀਂ ਸਣੀ ਸ਼ਾਪ ਹੈ ਜਨਾਬ ਐ ਤੱਕੀ ਸਕਣੇ ਓ ਸ਼ਾਪ ਵਗੈਰਾ ਸੋਂ ਕੀ ਥੋੜੀ ਬਹੁਤੀ ਬਸੀ ਹੈ ਨਾ ਇਹ ਕੁਝੋਣਾ ਨਾ ਹਣ ਸਾਰੀ ਦੱਸਣ ਬੋ ਪਾਗਲ ਹੈ ਅਸਾਂ ਉਸ ਤੋਂ ਬਾਅਦ ਜਨਾਬ ਮੈਂ ਬੈਠਾ ਆਪਣੀ ਕੁਰਸੀ ਪਰ ਥੋੜੇ ਲਾਰੇ ਸ਼ਾਰੇ ਖਾਦੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਕੀਤਾ ਕਿ ਚਾਦਰ ਸ਼ਾਦਰ ਪਲੇਟੀ ਤੇ ਮੁੜੀ ਫਿਰ ਮੈਂ ਆਖਿਆ ਕਿ ਕਿਉਂ ਨਾ ਕੋਈ ਟਾਈਮ ਪਾਸ ਕਰੀਏ ਤਾਂ ਗੇਮ ਸ਼ੇਮ ਖਿਲਾਈ ਗਿੰਦੀ ਮੈਂ ਬੱਚਿਆਂ ਲਈ ਜਨਾਬ ਐਸੇ ਖੇਡਣੇ ਬੜੇ ਹੈ ਇਸ ਕੀ ਪਰ ਜ਼ਰੀਕੇ ਲਈ ਗੇਮਾਂ ਅਕਸਰ ਸਾਨੂੰ ਦੇਣੇ ਚਾਹੀਏ ਗੱਲ ਹੈ ਜਣੀ ਗੇਮ ਲਖੇੜੋ ਕਿ ਬੱਚਿਆਂ ਦੀ ਚੀਜ਼ ਹੀ ਹੈ ਤਾਂ ਕਿਸੇ ਨੇ ਗੇਮ ਸ਼ੇਮ ਥੋੜੀ ਖੇੜੀ ਥੋੜਾ ਬੋਧਾ ਟਾਈਮ ਗੁਜ਼ਾਰਿਆ ਜਨਾਬ ਮੈਂ ਫਿਰ ਉਸ ਤੋਂ ਬਾਅਦ ਹੀਟਰ ਮੈਂ ਚੈਦਾ ਥੋੜਾ ਉੱਪਰ ਰੱਖਿਆ ਦਾ ਸੈ ਉੱਪਰ ਰੱਖਿਆ ਦਾ ਬਿਜਲੀ ਗਈ ਥਾ ਫਿਰ ਮੁੜੀ ਮੈਂ ਹੀਟਰ ਤੱਕਣਾ ਰਿਆਂ ਦਾ ਹੀਟਰ ਮਾਰਦਰ ਤੱਕਣਾ ਰਿਆਂ ਤੰ ਮੈਂ ਹੁਣ ਇਹ ਕਾ ਹੋਇਆ ਦਾ ਮੈਂ ਮੀਕਪ ਦਾ ਕਾ ਹੋਇਆ ਫਿਰ ਸਿਕਲੈਂਡ ਸਾਹਿਬਾਂ ਦੇ ਡੇੜ੍ਹਾਲ ਜਾਸਾਂ ਪਰ ਇਹ ਕੋਣੀ ਗਿਆ ਜਨਾਬ ਐ ਤੱਕ ਕਿ ਸਕਣੇ ਮੁੜੀ ਆਈਗੇ ਕੋਈ ਪਤਾ ਨਹੀਂ ਕੀ ਨਹੀਂ ਗੇ ਕਾ ਰੋਲਾ ਹੋਇਆ ਤੇ ਆਈਗੇ ਜਨਾਬ ਇਹਨੇ ਸਾਂ ਵੈਲਕਮ ਕੀਤਾ ਫਿਰ ਦੁਕਾਨਾਂ ਪਰ ਤੇ ਬਾਹਰ ਤੱਕ ਸਕਣੇ ਹੋ ਜੀ ਬਾਰਿਸ਼ ਹੋਈਗੀ ਫਿਰ ਅਸਾਂ ਕੋਣੀ ਦਸੀਨਾ ਆਪੋ ਤੱਕੀ ਦਾ ਮੁੜੀ ਤੁਪ ਚੜੀ ਆਈ ਸੀ ਫਿਰ ਜਨਾਬ ਉਸ ਤੋਂ ਬਾਅਦ ਫਿਰ ਇਹ ਗੱਲ ਸਰਦੀ 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 ਅੱਜਕਲ ਕੀ ਇਹ ਵਲਾਗ ਪੂਰਾ ਸਰਦੀ ਭਰੇ ਹੋ ਗਿਆ ਫਿਰ ਸਰਦੀ ਜਾਰੀ ਹੈ ਜਿਵੇਂ ਪਤਾ ਕੋਲੇ ਤਾਂ ਅੰਡੇ ਛੰਡੇ ਤਾਂ ਆਉਣੇ ਚਾਹੀਨੇ ਨਾ ਉਹ ਸਮਗਾਈ ਨਾਲ ਚਾਹ ਮੰਗਾਈ ਤੇ ਖਾਦਾ ਪੀਤਾ ਮੋਜਾਂ ਮਾਰੀਆਂ ਤੇ ਬਾਕੀ ਤੁਸੀਂ ਕੀ ਫਿਰ ਸਾਂ ਅੱਲਾਹ ਹਾਫਿਜ਼ ਵੀ ਕਰੀਏ